ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਸਵਰਧਨ ਸਿੰਘ ਕਹਿਣਾ ਤੁਸੀਂ ਦੇਖ ਰਹੇ ਹੋ ਪ੍ਰਾਈਮ ਇਸ਼ਾਰਾ ਟੀਵੀ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਹਰ ਰੋਜ਼ ਦੀ ਤਰ੍ਹਾਂ ਹੀ ਪੰਜਾਬ ਦੇ ਮੌਸਮ ਦੀ ਹਾਲ-ਬਾਣੀ ਲੰਘੇ ਕੱਲ ਵੀ ਪੰਜਾਬ ਦੇ ਵਿੱਚ ਮੌਸਮ ਠੀਕ ਰਿਹਾ ਪੰਜਾਬ ਦੇ ਵਿੱਚ ਲੰਘੇ ਕੱਲ ਕਿਤੇ ਕੋ ਕਣੀਆਂ ਦੀ ਖਬਰ ਤਾਂ ਨਹੀਂ ਪ੍ਰਾਪਤ ਹੋਈ ਬਾਕੀ ਸਾਡੇ ਭੈਣਾ ਵੀਰ ਟਿੱਪਣੀਆਂ ਦੇ ਰੂਪ ਵਿੱਚ ਜਾਣਕਾਰੀ ਦੇ ਸਕਦੇ ਆ ਕਿ ਉਹਨਾਂ ਦੇ ਖੇਤਰ ਚ ਉਹਨਾਂ ਦੇ ਹਲਕੇ ਚ ਉਹਨਾਂ ਦੇ ਪਿੰਡਾਂ ਵੱਲ ਉਹਨਾਂ ਦੇ ਜ਼ਿਲ੍ਹੇ ਦੇ ਵਿੱਚ ਮੌਸਮ ਕਿਵੇਂ ਰਿਹਾ ਮੌਸਮ ਵਿਭਾਗ ਨੇ ਇਹ ਗੱਲ ਕਹੀ ਆ ਕਿ ਆਉ ਪਰ ਕੁਦਰਤ ਦੇ ਵਰਤਾਰੇ ਦਾ ਪਤਾ ਕੋਈ ਨਹੀਂ ਹੁੰਦਾ ਮੀਂਹ ਜਿੱਥੇ ਬਹੁਤ ਘੱਟ ਪੈਂਦਾ ਉੱਥੇ ਬਹੁਤ ਜ਼ਿਆਦਾ ਪੈਣ ਲੱਗ ਜਾਂਦਾ ਜਿੱਥੇ ਬਹੁਤ ਜ਼ਿਆਦਾ ਪੈਂਦਾ ਉੱਥੇ ਕਈ ਵਾਰੀ ਪੈਂਦਾ ਹੀ ਨਹੀਂਗਾ ਸੋਕਾ ਪੈ ਜਾਂਦਾ ਅੱਡ ਬਈ ਦੀ ਗੱਲ ਕਰਗੇ ਤਾਂ ਕਈ ਦਹਾਕਾਂ ਦਾ ਰਿਕਾਰਡ ਦੁਬਈ ਦੇ ਵਿੱਚ ਟੁੱਟ ਗਿਆ ਜਿਸ ਤਰੀਕੇ ਦੇ ਨਾਲ ਉੱਥੇ ਮੌਲੇ ਧਰਮੀ ਵਰਿਆ ਜਿਸ ਤਰੀਕੇ ਦੇ ਨਾਲ ਫਲੈਟਾਂ ਦੇ ਵਿੱਚ ਪਾਣੀ ਭਰ ਗਿਆ ਜਿਸ ਤਰੀਕੇ ਦੇ ਨਾਲ ਉੱਥੇ 에어ਪੋਰਟ ਤੇ ਪਾਣੀ ਭਰ ਗਿਆ ਜਿਸ ਤਰੀਕੇ ਦੇ ਨਾਲ ਸ਼ਾਪਿੰਗ ਮਾਲ ਦੇ ਵਿੱਚ ਪਾਣੀ ਭਰ ਗਿਆ ਜਿਸ ਤਰੀਕੇ ਨਾਲ ਮੈਟਰੋ ਸਟੇਸ਼ਨ ਦੇ ਵਿੱਚ ਪਾਣੀ ਭਰ ਗਿਆ ਇਹ ਕਦੇ ਕਿਆਸੀ ਨਹੀਂ ਸੀ ਕੀਤਾ ਕਦੇ ਕਿਸੇ ਨੇ ਅੰਦਾਜ਼ਾ ਨਹੀਂ ਲਾਇਆ ਸੀ ਵੀ ਦੁਬਈ ਦੇ ਵਿੱਚ ਇੰਨਾ ਮੀਂਹ ਪੈ ਸਕਦਾ ਇੱਕਦਮ ਤੇ ਜਿਸ ਤਰੀਕੇ ਦੇ ਨਾਲ ਇਹ ਮੀਂਹ ਪਿਆ ਉਹਦੇ ਬਾਰੇ ਕਈ ਲੋਕਾਂ ਨੂੰ ਅੰਦਾਜ਼ਾ ਸੀਗਾ ਵੀ ਸ਼ਾਇਦ ਇਹ ਜੋ ਵਿਗਿਆਨਕ ਤਕਨੀਕ ਦੇ ਰਹੀ ਜੋ ਕਿ ਹੈਲੀਕਾਪਟਰਾਂ ਦੇ ਰਹੀ ਬਦਲਾਂ ਦੇ ਵਿੱਚ ਜਾ ਕੇ ਤੇ ਉੱਥੇ ਕੁਝ ਕਜੜੀਆਂ ਔਰ ਸਾਇੰਡ ਵਿੱਚ ਪਾਏ ਜਾਂਦੇ ਆ ਉਹਦੇ ਕਰਕੇ ਜਿਹਨੂੰ ਕਲਾਊਡ ਸੀਡਿੰਗ ਕਹਿੰਦੇ ਆ ਵੀ ਉਹਦੇ ਰਾਹੀਂ ਮੀਂਹ ਪਿਆ ਹੋਣਾ ਇਹ ਓਵੇਂ ਨਹੀਂ ਪਿਆ ਇਹ ਕੁਦਰਤੀ ਤੌਰ ਦੇ ਉਤੇ ਮੀਂਹ ਪਿਆ ਤੇ ਇਹ ਇੰਨਾ ਕਾ ਜ਼ਿਆਦਾ ਮੀਂਹ ਪਿਆ ਵੀ ਦੁਬਈ ਦੇ ਵਿੱਚ ਕੱਲਾ-ਕੱਲਾ ਵਿਅਕਤੀ ਇਸ ਗੱਲ ਦੇ ਉੱਤੇ ਹੈਰਾਨ ਆ ਦੁਨੀਆ ਭਰ ਦੇ ਵਿੱਚ ਲੋਕ ਹੈਰਾਨ ਆ ਵੀ ਆ ਦੇਖੋ ਜੀ ਕੁਦਰਤ ਦਾ ਕਿਹਦਾ ਵਰਤਾਰਾ ਇੱਕ ਗੱਲ ਹੋਰ ਨਸਲੀ ਮੰਦੀ ਆ ਵੀ ਜੇਕਰ ਦੁਬਈ ਜਾਂ ਕੁਝ ਕੋ ਹੋਰ ਦੇਸ਼ ਇਹੋ ਜਿਹੇ ਜਿੱਥੇ ਕਿ ਮੀਂਹ ਬਹੁਤ ਘੱਟ ਪੈਂਦੇ ਆ ਉੱਥੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਵੀ ਬਹੁਤ ਘੱਟ ਆ ਜਦੋਂ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਘੱਟ ਆ ਤਾਂ ਫਿਰ ਇਸ ਕਰਕੇ ਉੱਥੇ ਭਾਵੇਂ ਥੋੜਾ ਮੀਂਹ ਪਿਆ ਹੋਵੇ ਤੇ ਬਹੁਤਾ ਸਮਾਂ ਪਾਣੀ ਸੜਕਾਂ ਦੇ ਉੱਤੇ ਰਹਿੰਦਾ ਇਹੋ ਜਿਹੇ ਹਾਲਾਤ ਦੇ ਨਾਲ ਦੁਬਈ ਵੀ ਯੂਝ ਸੋ ਦੁਬਈ ਦੇ ਵਿੱਚ ਤਰੱਕੀ ਸਿਖਰ ਦੇ ਉੱਤੇ ਆ ਪਰ ਮੀਂਹ ਦੇ ਬਾਰੇ ਬਹੁਤ ਘੱਟ ਜਾਣਕਾਰੀ ਹੁੰਦੀ ਵੀ ਇੱਥੇ ਮੀਂਹ ਪੈ ਸਕਦਾ ਇਸ ਕਰਕੇ ਨਿਕਾਸੀ ਹੌਲੀ-ਹੌਲੀ ਹੁੰਦੀ ਆ ਸੋ ਜਿਹੜਾ ਮੀਂਹ ਪਿਆ ਉਹਨੇ ਦੁਬਈ ਵਾਸੀਆਂ ਨੂੰ ਤੇ ਦੁਨੀਆ ਭਰ ਦੇ ਵਿੱਚ ਜਿੱਥੇ-ਜਿੱਥੇ ਤਸਵੀਰਾਂ ਤੇ ਵੀਡੀਓ ਗਈਆਂ ਉਹਨਾਂ ਨੂੰ ਹੈਰਾਨ ਕਰ ਦਿੱਤਾ ਵੀ ਇੰਉਂ ਵੀ ਮੀਂਹ ਪੈ ਜਾਂਦਾ ਐਕਦਮ ਕੁਦਰਤ ਦੇ ਵੱਲੋਂ ਆ ਰੰਗ ਵੀ ਪੇਸ਼ ਕੀਤਾ ਜਾਂਦਾ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਜੀ ਇਸ ਵੇਲੇ ਰੂਸਿਆ ਨੂੰ ਮਨਾਉਣ ਦੇ ਨਾਲ ਸੰਬੰਧਤ ਤੇ ਮੰਨਿਆਂ ਨੂੰ ਨਾਲ ਤੋਰਨ ਦੇ ਨਾਲ ਸੰਬੰਧਤ ਤੇ ਦਿਲੀ ਤੌਰ ਦੇ ਉੱਤੇ ਨਾਲ ਤੋਰਨ ਦੇ ਨਾਲ ਸੰਬੰਧਤ ਕਿਉਂਕਿ ਇਸ ਵੇਲੇ ਰਾਜਨੀਤਿਕ ਝਕਾਨੀਆਂ ਕਈ ਪਾਸੇ ਆ ਰਹੀਆਂ ਪਹਿਲੀ ਗੱਲ ਤਾਂ ਇਹ ਆ ਵੀ ਵਿਰੋਧੀ ਪਾਰਟੀਆਂ ਦੇ ਵੱਲੋਂ ਇੱਕ ਵਾਰ ਫਿਰ ਨੁਕਤਾ ਚੁੱਕਿਆ ਗਿਆ ਕਿ ਰਗਵ ਚੱਡਾ ਸਾਹਿਬ ਕਿੱਥੇ ਨੇ ਰਗਵ ਚੱਡਾ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ ਜਿਹੜੇ ਕਿ ਇਸ ਵੇਲੇ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਦੇ ਮੈਂਬਰ ਨੇ ਜਿਨ੍ਹਾਂ ਦੇ ਬਾਰੇ ਕਿ ਖਬਰ ਸੀ ਕਿ ਇੰਗਲੈਂਡ ਦੇ ਵਿੱਚ ਉਹ ਅੱਖ ਦਾ ਆਪਰੇਸ਼ਨ ਕਰਵਾਉਣ ਗਏ ਨੇ ਉਹ ਹਾਲੇ ਤੱਕ ਆਏ ਕਿਉਂ ਨਹੀਂ ਤੇ ਉਹਨਾਂ ਦੇ ਵੱਲੋਂ ਪੰਜਾਬ ਦੀ ਤੇ ਦੇਸ਼ ਦੀ ਰਾਜਨੀਤੀ ਦੇ ਬਾਰੇ ਕੁਝ ਵੀ ਜ਼ਿਕਰਯੋਗ ਗੱਲ ਕਿਉਂ ਨਹੀਂ ਕੀਤੀ ਜਾ ਰਹੀ ਇਸ ਵਾਲਾ ਨਾ ਸਵਾਲ ਇਹ ਆ ਕੁਝ ਕੁ ਲੋਕੇ ਵੀ ਗੱਲ ਕਹਿੰਦੇ ਆ ਵੀ ਜਿਨ੍ਹਾਂ ਨੇ ਪੋਸਟਾਂ ਪਾਉਣੀਆਂ ਹਾਲਾਂਕਿ ਗਲਤ ਕੰਮ ਆ ਅਸੀਂ ਇਸ ਗੱਲ ਦੇ ਪੱਖ ਦੇ ਵਿੱਚ ਨਹੀਂ ਹੈਗੇ ਵੀ ਲੋਕ ਤਾਂ ਜ਼ਿਲ੍ਹਾ ਦੇ ਵਿੱਚ ਬੈਠੇ ਹੋਏ ਵੀ ਪੋਸਟਾਂ ਪਾ ਜਾਂਦੇ ਆ ਲੋਕ ਤਾਂ ਜ਼ਿਲ੍ਹਾ ਦੇ ਵਿੱਚੋਂ ਵੀ ਆਪਣਾ ਸੁਨੇਹਾ ਪਹੁੰਚਾ ਦਿੰਦੇ ਆ ਉਹ ਕਿਹੜੇ ਕਾਰਨਾਂ ਜਿਹਦੇ ਕਰਕੇ ਪਾਰਟੀ ਦੇ ਉੱਤੇ ਸੰਕਟ ਦੇ ਬਦਲ ਹੋਣ ਜੀਦੇ ਕਰਕੇ ਪਾਰਟੀ ਦੇ ਵਿੱਚ ਇਸ ਵੇਲੇ ਕਈ ਤਰ੍ਹਾਂ ਦੀ ਭੱਜ ਟੁੱਟ ਵਾਲੀਆਂ ਗੱਲਾਂ ਹੋਣ ਕੇਜਰੀਵਾਲ ਸਾਹਿਬ ਅੰਦਰ ਹੋਣ ਤੇ ਚੱਡਾ ਸਾਹਿਬ ਦੇ ਵੱਲੋਂ ਕੋਈ ਬਹੁਤੀ ਜ਼ਿਕਰਯੋਗ ਗੱਲ ਕੀਤੀ ਨਹੀਂ ਗਈ ਉਹਦਾ ਤੰਦਰੁਸਤ ਹਨ ਉਹ ਚੜ੍ਹਦੀ ਕਲਾ ਦੇ ਵਿੱਚ ਹਨ ਜਾਂ ਨਹੀਂ ਇਹਦੇ ਬਾਰੇ ਲੋਕ ਜਾਣਕਾਰੀ ਚਾਹੁੰਦੇ ਇਨਫੋਰਮੇਸ਼ਨ ਚਾਹੁੰਦੇ ਆ ਸੋ ਵੇਨੇ ਆ ਭਾਈ ਆਉਂਦੇ ਸਮੇਂ ਦੇ ਵਿੱਚ ਕੀ ਕੀ ਜਾਣਕਾਰੀਆਂ ਆਉਂਦੀਆਂ ਪਰ ਰੁਸਣ ਦੀ ਗੱਲ ਜਿਹੜੀ ਚੱਲੀ ਆ ਉਹਦੇ ਬਾਬਤ ਤੇ ਪਤਾ ਲੱਗਾ ਕਿ ਲੰਘੇ ਕੱਲ ਸਰਦਾਰ ਸੁਖਬੀਰ ਸਿੰਘ ਬਾਦਲ ਹੋਰੀ ਸੰਗਰੂਰ ਦੇ ਵਿੱਚ ਪਹੁੰਚੇ ਆ ਲੰਘੇ ਕੱਲੋਂ ਪਹੁੰਚੇ ਦੀ ਢੀਂਡ ਸਾਹਿਬ ਨੂੰ ਮਨਾਉਣ ਦੇ ਲਈ ਖਬਰਾਂ ਪਿਛਲੇ ਕਈ ਦਿਨਾਂ ਤੋਂ ਆ ਰਹੀਆਂ ਸੀ ਕਿ ਇਕਬਾਲ ਸਿੰਘ ਝੁੰਦਾ ਹੋਰਾਂ ਨੂੰ ਅਕਾਲੀ ਦਲ ਨੇ ਉਮੀਦਵਾਰ ਬਣਾਇਆ ਸੰਗਰੂਰ ਤੋਂ ਜਿਹਦੇ ਕਰਕੇ ਢੀਂਡਸਾ ਪਰਿਵਾਰ ਕਹਿੰਦੇ ਨਿਰਾਸ਼ਾ ਦੇ ਆਲਮ ਦੇ ਵਿੱਚ ਹੈ ਉਹਨਾਂ ਨੇ ਆਪਣੀ ਪਾਰਟੀ ਦਾ ਸੰਯੁਕਤ ਅਕਾਲੀ ਦਲ ਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲੜੇਵਾ ਵੀ ਕਰ ਲਿਆ ਪਰ ਫੇਰ ਵੀ ਪ੍ਰਮੇਂਦਰ ਸਿੰਘ ਢੀਂਡਸਾ ਨੂੰ ਟਿਕਟ ਨਹੀਂ ਮਿਲੀ ਤੇ ਝੁੰਦਾ ਹੋਰਾਂ ਨੂੰ ਟਿਕਟ ਮਿਲ ਗਈ ਇਹਦੇ ਪਿੱਛੇ ਵਜ੍ਹਾ ਕੀ ਆ ਅੰਦਾਜ਼ੇ ਕਈ ਤਰ੍ਹਾਂ ਦੇ ਲੱਗਣ ਲੱਗ ਪਏ ਕਈ ਲੋਕਾਂ ਨੇ ਗੱਲ ਕਹੀ ਜੀ ਕਿ ਹੁਣ ਢੀਂਡਸਾ ਪਰਿਵਾਰ ਭਾਜਪੀ ਦੇ ਵਿੱਚ ਜਾ ਸਕਦਾ ਕਈ ਲੋਕਾਂ ਨੇ ਗੱਲ ਕਹੀ ਕਿ ਪਰਮਿੰਦਰ ਸਿੰਘ ਢੀਂਡਸਾ ਬੀਜੇਪੀ ਦੇ ਵੱਲੋਂ ਸੰਗਰੂਰ ਤੋਂ ਚੋਣ ਲੜ ਸਕਦੇ ਆ ਕਈਆਂ ਨੇ ਇਹ ਗੱਲ ਕਹੀ ਕਿ ਢੀਂਡਸਾ ਪਰਿਵਾਰ ਨਾਲ ਧੋਖਾ ਹੋ ਗਿਆ ਤੇ ਕਈਆਂ ਨੇ ਇਹ ਗੱਲ ਕਹੀ ਕਿ ਢੀਂਡਸਾ ਪਰਿਵਾਰ ਦੇ ਨਾਲ ਧੱਕਾ ਹੋ ਗਿਆ ਕਿਸੇ ਨੇ ਇਹਦੇ ਬਾਰੇ ਕੋਈ ਅੰਦਾਜ਼ਾ ਲਾਇਆ ਕਿਸੇ ਨੇ ਕੋਈ ਅੰਦਾਜ਼ਾ ਲਾਇਆ ਪਰ ਹੁਣ ਜਾ ਕੇ ਸੁਖਬੀਰ ਸਿੰਘ ਬਾਦਲ ਖੁਰਾ ਨੇ ਪਰਮਿੰਦਰ ਸਿੰਘ ਢੀਂਡਸਾ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਮੁਲਾਕਾਤ ਕੀਤੀ ਆ ਕਹਿੰਦੇ ਆ ਵੀ ਸਾਰੀ ਗੱਲ ਸਮਝੀ ਤੇ ਸਮਝਾਈ ਆ ਕਾਰਨ ਕੀ ਆ ਉਹਨਾਂ ਦੀ ਗੱਲ ਨੂੰ ਮੰਨਿਆ ਤੇ ਸੁਣਿਆ ਤੇ ਸਮਝਾਇਆ ਸੋ ਮੇਨੇ ਵੀ ਭਾਈ ਆਉਂਦੇ ਸਮੇਂ ਦੇ ਵਿੱਚ ਬਣਦਾ ਕੀ ਆ ਪਰ ਰਾਜਨੀਤੀ ਦੇ ਵਿੱਚ ਭਨਕੜ ਬੜੀ ਚੱਲ ਰਹੀ ਆ ਲੰਘੇ ਕੱਲ ਦਲਬੀਰ ਸਿੰਘ ਗੋਲਡੀ ਜਿਹੜੇ ਕਿ ਧੂਰੀ ਤੋਂ ਸਾਬਕਾ ਵਿਧਾਇਕ ਨੇ ਜਿਨ੍ਹਾਂ ਦੇ ਵੱਲੋਂ ਕਿ ਇੱਕ ਵੀਡੀਓ ਪਾ ਕੇ ਆਪਣੀ ਹਾਈ ਕਮਾਂਡ ਦੇ ਉੱਤੇ ਕਾਂਗਰਸ ਹਾਈ ਕਮਾਂਡ ਦੇ ਉੱਤੇ ਤੰਗ ਕਸਿਆ ਗਿਆ ਸੀ ਕਿ ਸਾਡੀ ਪਾਰਟੀ ਵੱਡੇ ਤੇ ਛੋਟੇ ਨੇਤਾ ਦੇ ਵਿੱਚ ਕੀ ਅੰਤਰ ਸਮਝਦੀ ਆ ਵੱਡਾ ਨੇਤਾ ਕਿਹੜਾ ਹੁੰਦਾ ਛੋਟਾ ਨੇਤਾ ਕਿਹੜਾ ਹੁੰਦਾ ਉਹਨੇ ਕਿਹਾ ਜੀ ਮੈਨੂੰ ਤਾਂ ਸਮਝ ਹੀ ਨਹੀਂ ਇਸ ਗੱਲ ਦੀ ਆਈ ਕਿਉਂਕਿ ਮੈਂ ਤਾਂ ਮਿਹਨਤ ਦੇ ਵਿੱਚ ਯਕੀਨ ਰੱਖਿਆ ਤੇ ਮੇਰੀ ਚਾਰ ਵਾਰ ਟਿਕਟ ਕੱਟੀ ਗਈ ਆ ਉਹਨਾਂ ਨੇ ਗੱਲ ਕਹੀ ਸੀ ਕਿ ਮੈਂ ਸੁਖਪਾਲ ਸਿੰਘ ਖੇੜਾ ਦਾ ਵਿਰੋਧੀ ਨਹੀਂ ਆ ਪਰ ਪਾਰਟੀ ਹਾਈ ਕਮਾਂਡ ਦੇ ਵੱਲੋਂ ਵਾਅਦਾ ਕਰਕੇ ਬੰਦੇ ਦੇ ਨਾਲ ਵਾਅਦਾ ਖਿਲਾਫੀ ਕਿਉਂ ਕੀਤੀ ਜਾਂਦੀ ਸਵਾਲ ਇਹ ਆ ਮਨਾਉਣ ਵਾਸਤੇ ਉਹਨਾਂ ਨੂੰ ਰਾਜਾ ਬੜਿੰਗ ਤੇ ਕਈ ਹੋਰ ਸੀਨੀਅਰ ਕਾਂਗਰਸੀ ਆਗੂ ਘਰ ਦੇ ਵਿੱਚ ਗਏ ਤੇ ਦਲਬੀਰ ਗੋਲਡੀ ਹੋਰਾਂ ਦੇ ਵੱਲੋਂ ਗਿਲੇ ਸ਼ਿਕਵੇ ਪੁਲਾ ਕੇ ਤੇ ਪਾਰਟੀ ਉਮੀਦਵਾਰ ਸੁਖਪਾਲ ਸਿੰਘ ਖੇੜਾ ਦੇ ਹੱਕ ਦੇ ਵਿੱਚ ਤੁਰਨ ਦੀ ਗੱਲ ਕਰ ਦਿੱਤੀ ਗਈ ਹੈ ਤੇ ਜਿੰਨੀਕ ਜਾਣਕਾਰੀ ਮੈਨੂੰ ਆ ਅੱਜ ਸੁਖਪਾਲ ਸਿੰਘ ਖੇੜਾ ਦਲਬੀਰ ਸਿੰਘ ਗੋਲਡੀ ਤੇ ਕਈ ਹੋਰ ਕਾਂਗਰਸੀ ਨੇਤਾਵਾਂ ਨੇ ਸੰਗਰੂਰ ਦੇ ਵਿੱਚ ਪ੍ਰਚਾਰ ਤਿੱਖਾ ਸ਼ੁਰੂ ਕਰਨਾ ਸੋ ਮਤਲਬ ਇਹ ਵੀ ਗੁੱਸੇ ਦੇ ਲਈ ਕਈ ਪਾਸੇ ਆ ਕਈਆਂ ਨੂੰ ਮਨਾ ਲਿਆ ਜਾਊਗਾ ਕਈ ਮੰਨ ਗਏ ਆ ਕਈਆਂ ਨੇ ਮੰਨਣਾ ਨਹੀਂ ਕਈ ਆਜ਼ਾਦ ਹੋ ਜਾਣਗੇ ਕਈ ਚੁੱਪ ਵੱਟ ਜਾਣਗੇ ਕਈ ਪਲਟੀ ਮਾਰ ਜਾਣਗੇ ਇਹ ਆਉਣ ਵਾਲੇ ਵਕਤ ਨੇ ਬਿਆਨ ਕਰਨਾ ਵੀ ਕੌਣ ਕੌਣ ਕੀ ਕੀ ਕਰਦਾ ਹੈ ਪਹਿਲਾਂ ਇਸ ਰਿਪੋਰਟ ਦਾ ਵੀਰਵਾ ਸੰਝਾ ਕਰਦੇ ਆ ਵੀ ਸੁਖਬੀਰ ਸਿੰਘ ਬਾਦਲ ਖੋਰੀ ਜਾ ਕੇ ਸੁਖਦੇਵ ਸਿੰਘ ਢੀਂਡਸਾ ਦੇ ਕੋਲੇ ਕੀ ਕੀ ਬੋਲੇ ਆ ਕੀ ਕੀ ਗੱਲਾਂ ਹੋਈਆਂ ਤੇ ਬਾਅਦ ਵਿੱਚ ਰੰਗ ਠਪਣੀ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੂੰ ਮਨਾਉਣ ਦੇ ਲਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਘਰ ਪਹੁੰਚੇ ਤੇ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਘਰ ਦੇ ਵਿੱਚ ਪਹੁੰਚ ਕੇ ਤੇ ਲੰਮੀ ਮੀਟਿੰਗ ਕਰਨ ਤੋਂ ਬਾਅਦ ਵਾਪਸ ਪਰਤੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੀਨੀਅਰ ਨੇਤਾ ਸੁਖਦੇਵ ਸਿੰਘ ਢੀਡਸਾ ਨੂੰ ਨਜ਼ਰ ਅੰਦਾਜ਼ ਕਰਨਾ ਭਾਰੀ ਪੈ ਸਕਦਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੇ ਢੀਡਸਾ ਨੂੰ ਦਰਕਹਿਨਾਰ ਕਰਕੇ ਸਾਬਕਾ ਮੰਤਰੀ ਇਕਬਾਲ ਸਿੰਘ ਧੂਂਦਾ ਨੂੰ ਟਿਕਟ ਦੇ ਦਿੱਤੀ ਜਿਸ ਤੋਂ ਬਾਅਦ ਢੀਡਸਾ ਬਾਗੀ ਹੋ ਗਏ ਸੂਤਰਾਂ ਦੇ ਮੁਤਾਬਕ ਢੀਡਸਾ ਜਲਦ ਪਾਰਟੀ ਨੂੰ ਵੱਡਾ ਝਟਕਾ ਦੇਣ ਜਾ ਰਹੇ ਨੇ ਭਾਜਪਾ ਦੇ ਨੈਸ਼ਨਲ ਪੱਧਰ ਦੇ ਨੇਤਾ ਢੀਡਸਾ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਨੇ ਇੱਥੇ ਵੀ ਦਸਰਾਂ ਬਣਦਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਵਸਾਖੀ ਵਾਲੇ ਦਿਨ ਲੋਕ ਸਭਾ ਦੇ ਲਈ 7 ਉਮੀਦਵਾਰਾਂ ਦਾ ਐਲਾਨ ਕੀਤਾ ਸੀਗਾ ਇਹਦੇ ਵਿੱਚ ਸੰਗਰੂਰ ਤੋਂ ਵੀ ਉਮੀਦਵਾਰ ਐਲਾਨੇ ਗਏ ਤੇ ਉਸ ਤੋਂ ਬਾਅਦ ਇਸ ਗੱਲ ਦੀ ਚਰਚਾ ਚੱਲ ਪਈ ਕਿ ਭਾਈ ਇਹ ਕੁਝ ਠੀਕ ਹੋਇਆ ਜਾਂ ਗਲਤ ਹੋਇਆ ਕਿਉਂਕਿ ਇਕਬਾਲ ਸਿੰਘ ਝੁੰਦਾ ਨੂੰ ਉਮੀਦਵਾਰ ਬਣਾਉਣ ਦੇ ਉੱਤੇ ਢੀਂਸਾ ਪਰਿਵਾਰ ਨੂੰ ਦਰਕਿਨਾਰ ਕੀਤਾ ਗਿਆ ਇਸ ਗੱਲ ਦੀ ਚਰਚਾ ਚੱਲ ਪਈ ਇਕਬਾਲ ਸਿੰਘ ਝੁੰਦਾ ਦਾ ਜਨਮ 1962 ਦੇ ਵਿੱਚ ਹੋਇਆ 2007 ਦੇ ਵਿੱਚ ਉਹ ਧੂਰੀ ਤੋ ਤੇ 2012 ਦੇ ਵਿੱਚ ਅਮਰਗੜ ਤੋਂ ਵਿਧਾਇਕ ਚੁਣੇ ਗਏ ਉਹ ਇਸ ਵੇਲੇ ਅਕਾਲੀ ਦਲ ਕੋਰ ਕਮੇਟੀ ਦੇ ਮੈਂਬਰ ਨੇ ਆ ਕਾੜੀ ਦਲ ਨੇ ਸੰਗਰੂਰ ਬਰਨਾਲਾ ਤੇ ਮਲੇਰ ਕੋਟਲਾ ਦੇ ਅਬਜ਼ਰਵਰ ਦੀ ਉਹਨਾਂ ਨੂੰ ਜ਼ਿੰਮੇਵਾਰੀ ਵੀ ਦਿੱਤੀ ਹੋਈ ਸੀ ਸੋ ਇਸ ਕਰਕੇ ਉਹਨਾਂ ਤੇ ਗੁਣਾ ਪੈ ਗਿਆ ਪਰ ਢਿੰਸਾ ਪਰਿਵਾਰ ਨੂੰ ਇਸ ਗੱਲੋਂ ਨਾਰਾਜ਼ਗੀ ਹੋਈ ਕਿ ਉਹਨਾਂ ਦੇ ਨਾਲ ਜੋ ਵਾਅਦੇ ਕੀਤੇ ਗਏ ਉਹਨਾਂ ਦੇ ਨਾਲ ਉਹਨਾਂ ਦੀ ਵਾਅਦਾ ਖਿਲਾਫੀ ਹੁਣੇ ਤੋਂ ਸ਼ੁਰੂ ਹੋ ਗਈ ਹੈ ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ ਪਹਿਲੀ ਗੱਲ ਤਾਂ ਸੇ ਕਹਾਂਗੇ ਸੁਖਦੇਵ ਸਿੰਘ ਢਿੰਸਾ ਖਰੀ ਮੇਰੇ ਖਿਆਲ ਦੇ ਮੁਤਾਬਕ ਜੇਕਰ ਇਸ ਵੇਲੇ ਬੀਜੇਪੀ ਦੇ ਵਿੱਚ ਜਾਂਦੇ ਆ ਤਾਂ ਇਹਦੇ ਨਾਲ ਉਹਨਾਂ ਦੀ ਕਦਰ ਘਟਾਈ ਹੋਊਗੀ ਇਹਦੇ ਵਿੱਚ ਉਹਨਾਂ ਨੂੰ ਫਾਇਦਾ ਨਹੀਂ ਹੋਣਾ ਕਿਉਂਕਿ ਜੇਕਰ ਉਹ ਪਹਿਲਾਂ ਸੋਚ ਲੈਂਦੇ ਵੀ ਭਾਈ ਸੁਯੁਗਤਾ ਅਕਾਲੀ ਦਲ ਦਾ ਰਲੇਵਾ ਹੀ ਅਸੀਂ ਭਾਜਪੀ ਦੇ ਵਿੱਚ ਕਰ ਲੈਣਾ ਤਾਂ ਉਹਨਾਂ ਦਾ ਸਤਕਾਰ ਬਣਿਆ ਰਹਿਣਾ ਸੀ ਮੇਰੇ ਖਿਆਲ ਦੇ ਮੁਤਾਬਕ ਜੇਕਰ ਇਸ ਮੋੜ ਦੇ ਉੱਤੇ ਉਹਨਾਂ ਦੀ ਪਾਰਟੀ ਕੋਈ ਫੈਸਲਾ ਕਰ ਲਈ ਹੁਣ ਤਾਂ ਚਲੋ ਪਾਰਟੀ ਦਾ ਰਲੇਵਾ ਹੀ ਹੋ ਗਿਆ ਜੇਕਰ ਉਹ ਪਰਿਵਾਰ ਜਿਹੜਾ ਉਹ ਫੈਸਲਾ ਕਰਦਾ ਭਾਜਪੀ ਦੇ ਵਿੱਚ ਜਾਂ ਕਿਸੇ ਵੀ ਹੋਰ ਸਿਆਸੀ ਪਾਰਟੀ ਦੇ ਵੱਲ ਜਾਂਦਾ ਇਹਦੇ ਨਾਲ ਕਦਰ ਘਟਾਈ ਵੱਧ ਹੋਣੀ ਹੈ ਤੇ ਫਾਇਦਾ ਬਹੁਤ ਘੱਟ ਹੋਣਾ ਉਹਦਾ ਕਾਰਨ ਇਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਪਾਂ ਆ ਗਏ ਅਕਾਲੀ ਦਲ ਨੇ ਢੀਂਡਾ ਸਾਹਿਬ ਨੂੰ ਸਰਪ੍ਰਸਤ ਬਣਾਤਾ ਟਿਕਟ ਭਾਵੇਂ ਨਹੀਂ ਮਿਲੀ ਪਰ ਉਸ ਤੋਂ ਬਾਅਦ ਗਿਲੇ ਸ਼ਿਕਵੇ ਹੋਣੇ ਕੁਦਰਤੀ ਹੈ ਪਰ ਜਦੋਂ ਬੀਬੀ ਜਗੀਰ ਕੌਰ ਨੇ ਇਸ ਗੱਲ ਦੇ ਉੱਤੇ ਹਾਧਾ ਨਾਰਾ ਮਾਰਿਆ ਕਿ ਢੀਂਡਾ ਸਾਹ ਪਰਿਵਾਰ ਨੂੰ ਟਿਕਟ ਮਿਲਣੀ ਚਾਹੀਦੀ ਸੀ ਜੇਕਰ ਆਪਾਂ ਪੁਰਾਣਿਆਂ ਨੂੰ ਮਨਾ ਕੇ ਲਿਆਏ ਆ ਤਾਂ ਉਹਨਾਂ ਦੇ ਵੱਲ ਗੌਰ ਵੀ ਕਰਨੀ ਚਾਹੀਦੀ ਹੈ ਲੱਗਦਾ ਇਹ ਸੀ ਕਿ ਇਹਨਾਂ ਨੂੰ ਮਨਾ ਲਿਆ ਜਾਊਗਾ ਤੇ ਮਨਾਉਣ ਵਾਸਤੇ ਲੱਗੇ ਕੱਲ ਸੁਖਵੀਰ ਸਿੰਘ ਬਾਦਲ ਹੋਰੀ ਢੀਂਡਾ ਸਾਹਿਬ ਕੋਲੇ ਗਏ ਵੀ ਆ ਪਰ ਇਸ ਦੇ ਬਾਵਜੂਦ ਕਹਿੰਦੀ ਆ ਕਿ ਉਹ ਬੀਜੇਪੀ ਦੇ ਸੰਪਰਕ ਦੇ ਵਿੱਚ ਹੈ ਜੇਕਰ ਹੁਣ ਉਹ ਬੀਜੇਪੀ ਦੇ ਵਿੱਚ ਜਾਂਦੇ ਆ ਤਾਂ ਦੇਖੋ ਇੱਕ ਤਾਂ ਗੱਲ ਇਹ ਆ ਕਿ ਪੂਰੇ ਪੰਜਾਬ ਦੇ ਵਿੱਚ ਭਾਜਪਾ ਦੇ ਵੱਖ-ਵੱਖ ਥਾਵਾਂ ਤੋਂ ਉਮੀਦਵਾਰਾਂ 'ਤੇ ਵਿਰੋਧ ਹੋ ਰਿਹਾ ਮਸਲਾ ਕਿਸਾਨੀ ਆ ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਜਿੱਥੇ ਹੁਣ ਤੱਕ ਬਾਕੀ ਵੱਖ-ਵੱਖ ਉਮੀਦਵਾਰਾਂ ਦੇ ਖਿਲਾਫ ਨਾਰੇ ਲੱਗੇ ਜਾਂਦੇ ਵਿੱਚ ਢੀਂਡਸਾ ਪਰਿਵਾਰ ਦੇ ਵੀ ਲੱਗਣੇ ਸ਼ੁਰੂ ਹੋ ਜਾਣੇ ਆ ਜਿਹੜਾ ਵੀ ਜਿੱਥੋਂ ਵੀ ਉਮੀਦਵਾਰ ਹੋਊਗਾ ਜਦੋਂ ਪਿੰਡੂ ਖੇਤਰ ਦੇ ਵੱਲ ਜਾਊਗਾ ਤਾਂ ਫਿਰ ਉਹਦਾ ਵਿਰੋਧ ਹੋਣਾ ਕੁਦਰਤੀ ਆ ਸੋ ਵੇਖਦੇ ਵੀ ਭਾਈ ਢੀਂਡਸਾ ਸਾਹਿਬ ਜਿਹੜੇ ਕਿ ਬਹੁਤ ਜਰਬੇਕਾਰ ਨੇ ਜਿਹੜੇ ਕਿ ਸੀਨੀਅਰ ਤੇ ਸਤਿਕਾਰਯੋਗ ਨੇਤਾ ਨੇ ਜਿਨ੍ਹਾਂ ਨੇ ਕਿ ਅਕਾਲੀ ਦਲ ਦੇ ਵਿੱਚ ਬਹੁਤ ਸਾਰੇ ਉਹ ਇਸ ਮੌਕੇ ਦੇ ਉੱਤੇ ਕਿਹੜਾ ਮਹੱਤਵਪੂਰਨ ਫੈਸਲਾ ਕਰਦੇ ਆ ਪਰ ਪਰਮਿੰਦਰ ਸਿੰਘ ਢੀਂਡਸਾ ਇਥੋਂ ਦੀ ਟਿਕਟ ਦੇ ਹਾਣੀ ਵੀ ਸਨ ਇਹ ਵੀ ਗੱਲ ਸੱਚੀ ਆ ਤੇ ਪੂਰੀ ਆਸ ਵੀ ਸੀ ਵੀ ਭਾਈ ਉਹਨਾਂ ਨੂੰ ਹੀ ਟਿਕਟ ਮਿਲਣੀ ਆ ਕਿਉਂਕਿ ਉਹ ਸਾਬਕਾ ਵਿੱਤ ਮੰਤਰੀ ਵੀ ਆ ਸੁਖਬੀਰ ਸਿੰਘ ਬਾਦਲ ਖੋਰੀ ਉਹਨਾਂ ਦੇ ਚੰਗੇ ਨੇੜਲੇ ਵੀ ਆ ਪਰ ਫਿਰ ਵੀ ਟਿਕਟ ਕਿਹੜੇ ਕਾਰਨ ਕਰਕੇ ਕੱਟੀ ਗਈ ਆ ਇਹ ਹੁਣ ਆਉਣ ਵਾਲੇ ਵਕਤ ਨੇ ਬਿਆਨ ਕਰਨਾ ਪਰ ਗੱਲ ਇਹ ਆ ਵੀ ਪੰਜਾਬ ਦੀ ਰਾਜਨੀਤੀ ਵਿੱਚ ਰੁਸਨ ਬਣਾਉਣ ਦਾ ਸਿਲਸਿਲਾ ਬੜੇ ਲੰਮੇ ਸਮੇ ਤੋਂ ਚੱਲਦਾ ਰਾਜਨੀਤੀ ਦੇ ਵਿੱਚ ਪਲਟੀ ਮਾਰਨ ਦਾ ਸਿਲਸਿਲਾ ਵੀ ਲੰਮੇ ਸਮੇ ਤੋਂ ਚੱਲਦਾ ਕੱਲ ਮੈਂ ਇੱਕ ਪਾਰਟੀ ਨੇਤਾ ਦੇ ਬਾਰੇ ਕਿਸੇ ਤੋਂ ਸੁਣਿਆ ਕਹਿੰਦੇ ਜੀ ਕਿ ਉਹਨੇ ਦੋ ਕੁ ਦਿਨਾਂ ਬਾਅਦ ਕਾਂਗਰਸ ਨੂੰ ਛੱਡ ਕੇ ਤੇ ਫਲਾਣੇ ਪਾਸੇ ਚਲੇ ਜਾਣਾ ਮੈਂ ਕਿਹਾ ਕਿਉਂ ਕਹਿੰਦੇ ਉਹਨਾਂ ਦੀ ਪਾਰਟੀ ਵਿੱਚ ਉਹਨਾਂ ਨੂੰ ਟਿਕਟ ਨਹੀਂ ਮਿਲੀ ਉਹਨਾਂ ਨੂੰ ਦੂਜੀ ਪਾਰਟੀ ਚੰਗੀ ਲੱਗਣ ਲੱਗ ਪਈ ਹੈ ਮੈਂ ਕਹਾਂ ਜੀ ਦੂਜੀ ਪਾਰਟੀ ਦੇ ਵਿੱਚ ਤਾਂ ਪਹਿਲਾਂ ਹੀ ਟਿਕਟਾਂ ਲਾਣੀ ਹੋਈ ਉਸੇ ਖੇਤਰ ਤੋਂ ਕਹਿੰਦੇ ਫਿਰ ਉਹ ਤੀਜੇ ਪਾਸੇ ਚਲੇ ਜਾਣਗੇ ਪਰ ਚੋਣ ਉਹਨਾਂ ਨੇ ਜ਼ਰੂਰ ਲੜਨੀ ਹੈ ਮਤਲਬ ਇਹ ਹੈ ਕਿ ਪੰਜਾਬ ਦੇ ਤੇ ਦੇਸ਼ ਦੇ ਬਹੁ ਗਿਣਤੀ ਨੇਤਾ ਇਸ ਵੇਲੇ ਚੋਣ ਲੜਨ ਦੇ ਚੱਕਰ ਦੇ ਵਿੱਚ ਬਹੁਤ ਕੁਝ ਐਸਾ ਕਰ ਰਹੇ ਆ ਜਿਹੜਾ ਕਿ ਲੋਕਾਂ ਦੀ ਸਮਝ ਤੋਂ ਪਰੇ ਆ ਇਤਕੀ ਜਿੰਨੇ ਵੱਡੇ ਪੱਦਰ ਦੇ ਉੱਤੇ ਦਲ ਬਦਲੀਆਂ ਹੋ ਰਹੀਆਂ ਇਤਕੀ ਜਿਸ ਤਰੀਕੇ ਦੇ ਨਾਲ ਪੁਆਟਣੀਆਂ ਇੱਕ ਦੂਜੇ ਨੂੰ ਦਿੱਤੀਆਂ ਜਾ ਰਹੀਆਂ ਉਹਦੇ ਉੱਤੇ ਆਮ ਸੁਧਾਰਨ ਬੰਦਾ ਹੈਰਾਨ ਹੀ ਹੋ ਸਕਦਾ ਜਾਂ ਪਰੇਸ਼ਾਨ ਹੋ ਸਕਦਾ ਕਿਸੇ ਨੂੰ ਕੁਝ ਕਹਿਣ ਦਾ ਤਾਂ ਵੇਲਾ ਹੀ ਨਹੀਂ ਰਿਹਾ ਨਾ ਕੋਈ ਕਿਸੇ ਨੂੰ ਪੁੱਛ ਕੇ ਰਾਜ਼ੀ ਆ ਪਰ ਪਤਾ ਇਹ ਲੱਗਾ ਜੀ ਕਿ ਸਰਦਾਰ ਸੁਖਦੇਵ ਸਿੰਘ ਢਿੰਡਸਾ ਹੋਰਾਂ ਨੇ ਕਿਹਾ ਕਿ ਮੈਂ ਅਕਾਲੀ ਦਲ ਦੇ ਵਿੱਚ ਹਿੱਸਾ ਤੇ ਮੈਂ ਅਕਾਲੀ ਦਲ ਦੇ ਵਿੱਚ ਹੀ ਹਾਂ ਤੇ ਬਾਕੀ ਸਾਰੀਆਂ ਗੱਲਾਂ ਦੇ ਉੱਤੇ ਉਹਨਾਂ ਨੇ ਫੁੱਲ ਸਟਾਪ ਲਾਉਣ ਦੀ ਕੋਸ਼ਿਸ਼ ਕੀਤੀ ਹੈ ਇਹਨੇ ਅਭੀ ਆਉਂਦੇ ਦਿਨਾਂ ਦੇ ਵਿੱਚ ਉਹ ਕਿਹੜਾ ਫੈਸਲਾ ਕਿਹੜੇ ਪਾਸੇ ਨੂੰ ਲੈਂਦੇ ਆ ਜਦੋਂ ਪਾਰਟੀਆਂ ਬਦਲਣ ਦੀ ਗੱਲ ਚੱਲੀ ਆ ਜਦੋਂ ਰੁੱਸਣ ਦੀ ਬਣਾਉਣ ਦੀ ਗੱਲ ਚੱਲੀ ਆ ਜਦੋਂ ਟਿਕਟਾਂ ਕੱਟੇ ਜਾਣ ਦੀ ਗੱਲ ਚੱਲੀ ਆ ਤਾਂ ਫਿਰ ਹੁਸ਼ਿਆਰਪੁਰ ਦਾ ਚੇਤਾ ਵੀ ਆ ਜਾਂਦਾ ਹੁਸ਼ਿਆਰਪੁਰ ਦੇ ਵਿੱਚ ਕਿਸੇ ਵੇਲੇ ਤੂਤੀ ਵਿਜੇ ਸੰਪਲਾ ਸਾਹਿਬ ਦੀ ਵੀ ਬੋਲਦੀ ਰਹੀ ਆ ਅੱਜ ਕੱਲ੍ਹ ਸੋਮ ਪ੍ਰਕਾਸ਼ ਹੋਰਾਂ ਦੀ ਬੋਲਦੀ ਆ ਕਿਉਂਕਿ ਆਪਾਂ ਜਾਣਦੇ ਜੀ ਕਿ ਉਹ ਉਹ ਥਾਂ ਦੇ ਉੱਤੇ ਜਿਹੜੇ ਥਾਂ ਦੇ ਉੱਤੇ ਕਿਸੇ ਵੇਲੇ ਸੰਪਲਾ ਸਾਹਿਬ ਹੁੰਦੇ ਸੀ ਮਤਲਬ ਇਹ ਹੈ ਜੀ ਕਿ ਉਹ ਇਸ ਵੇਲੇ ਕੇਂਦਰੀ ਰਾਜ ਮੰਤਰੀ ਹੈਗੇ ਆ ਦੂਜੀ ਗੱਲ ਇਹ ਆ ਵੀ ਐਤਕੀ ਵਿਜੇ ਸੰਪਲਾ ਸਾਹਿਬ ਨੂੰ ਫਿਰ ਝਟਕਾ ਲੱਗ ਗਿਆ ਹੁਸ਼ਿਆਰਪੁਰ ਤੋਂ ਬੀਜੇਪੀ ਹਾਲਾਂਕਿ ਹੁਸ਼ਿਆਰਪੁਰ ਬੀਜੇਪੀ ਦੇ ਗੜ ਖੇਤਰਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਜਿਵੇਂ ਕਿਸੇ ਵੇਲੇ ਸਨੀ ਦੇਵਲ ਉਸ ਤੋਂ ਪਹਿਲਾਂ ਵਿਨੋਦ ਖੰਨਾ ਉਸ ਤੋਂ ਪਹਿਲਾਂ ਕਈ ਹੋਰ ਗੁਰਦਾਸਪੁਰ ਖੇਤਰ ਬੀਜੇਪੀ ਦਾ ਗੜ ਉਸੇ ਤਰੀਕੇ ਨਾਲ ਮੰਨਿਆ ਜਾਂਦਾ ਜਿਵੇਂ ਕਿ ਹੁਸ਼ਿਆਰਪੁਰ ਵੀ ਬੀਜੇਪੀ ਦਾ ਗੜ ਤੇ ਬੀਜੇਪੀ ਆਪਣੀ ਇਸ ਗੜ ਨੂੰ ਇੱਥੇ ਕਿ ਬਚਾਉਣ ਦੇ ਵਿੱਚ ਕਿੰਨਾ ਕਾਮਯਾਬ ਹੋਊਗੀ ਤਾਂ ਦੱਸੂਗਾ ਵਕਤ ਕਿਉਂਕਿ ਕਿਸਾਨੀ ਤਾਂ ਹੁਸ਼ਿਆਰਪੁਰ ਦੇ ਵਿੱਚ ਵੀ ਆ ਤੇ ਕਿਸਾਨੀ ਗੁਰਦਾਸਪੁਰ ਦੇ ਵਿੱਚ ਵੀ ਆ ਇਹ ਤਾਂ ਹੈ ਨਹੀਂ ਵੀ ਕੱਲੇ ਮਾਲਵੇ ਦੇ ਵਿੱਚ ਕਿਸਾਨ ਅਤੇ ਦੁਆਬੇ ਦੇ ਵਿੱਚ ਤਮਾਜੇ ਦੇ ਵਿੱਚ ਹੈ ਨਹੀਂ ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਤੇ ਸਾਰੇ ਪਾਸੇ ਕਿਸਾਨ ਇੱਕੋ ਹੀ ਆ ਸਾਰੇ ਪਾਸੇ ਕਿਸਾਨ ਇੱਕ ਹੀ ਆ ਸੋ ਹੁਸ਼ਿਆਰਪੁਰ ਤੋਂ ਟਿਕਟ ਨਹੀਂ ਮਿਲੀ ਵਿਜੇ ਸਾੰਪਲਾ ਸਾਹਿਬ ਨੂੰ ਤੇ ਉਹਨਾਂ ਨੇ ਆਪਣੇ ਟਵਿੱਟਰ ਤੋਂ ਫੇਸਬੁੱਕ ਤੋਂ ਸਾਰੇ ਪਲੇਟਫਾਰਮਾਂ ਤੋਂ ਮੋਦੀ ਦਾ ਪਰਿਵਾਰ ਨਾਂ ਦੇ ਨਾਲੋਂ ਜੋ ਬ੍ਰੈਕਟ ਦੇ ਵਿੱਚ ਲਿਖਿਆ ਸੀ ਮੋਦੀ ਦਾ ਪਰਿਵਾਰ ਉਹ ਹਟਾਤਾ ਮਤਲਬ ਇਹ ਜੀ ਕਿ ਉਹ ਹੁਣ ਮੋਦੀ ਦੇ ਪਰਿਵਾਰ ਦੇ ਮੈਂਬਰ ਨਹੀਂ ਰਹੇ ਉਹ ਹੁਣ ਪਾਸੇ ਨਹੀਂ ਉਹਨਾਂ ਦੀਆਂ ਪੋਸਟਾਂ ਵੀ ਇਹ ਗੱਲ ਕਹਿਣੀਆਂ ਕਿ ਉਹ ਕਿਸੇ ਵੀ ਪਾਸੇ ਜਾ ਸਕਦੇ ਆ ਕਿਉਂਕਿ ਉਹਨਾਂ ਨੇ ਇੱਕ ਥਾਂ ਦੇ ਉੱਤੇ ਲਿਖਿਆ ਕਿ ਭਗਵਾਨ ਅਗਰ ਇੱਕ ਰਸਤਾ ਬੰਦ ਕਰਤਾ ਹੈ ਤਾਂ ਕਈ ਖੋਲ ਦਿੰਦਾ ਹੈ ਉਹਨਾਂ ਨੇ ਵੀ ਗੱਲ ਕਹੀ ਆ ਕਿ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਮੈਂ ਉਹਨਾਂ ਸਾਰਿਆਂ ਦਾ ਧੰਨਵਾਦੀ ਆ ਮਤਲਬ ਇਹ ਹੈ ਜੀ ਕਿ ਉਹ ਕਿਸੇ ਹੋਰ ਪਾਸੇ ਵਾਲੇ ਜਾ ਸਕਦੇ ਆ ਉਹ ਕਿਹੜੇ ਪਾਸੇ ਵਾਲੇ ਜਾ ਸਕਦੇ ਹੁਣ ਇਹਦੀ ਚਰਚਾ ਹੁਣ ਉਹ ਅਕਾਲੀ ਦਲ ਦੇ ਵਾਲੇ ਜਾ ਸਕਦੇ ਜਾਂ ਫਿਰ ਕਾਂਗਰਸ ਦੇ ਵਾਲੇ ਜਾ ਸਕਦੇ ਇਹ ਮੀਡੀਆ ਦੇ ਵਿੱਚ ਖਬਰਾਂ ਆਈਆਂ ਕਿਉਂਕਿ ਹੁਸ਼ਿਆਰਪੁਰ ਤੋਂ ਆਮ ਆਰਮੀ ਪਾਰਟੀ ਨੇ ਰਾਜਕੁਮਾਰ ਚੱਬੇਵਾਲ ਨੂੰ ਟਿਕਟ ਦਿੱਤੀ ਜਿਹੜੇ ਕਿ ਕਾਂਗਰਸ ਨੂੰ ਛੱਡ ਕੇ ਆਮ ਆਰਮੀ ਪਾਰਟੀ 'ਚ ਆ ਗਏ ਇਥੋਂ ਸੋਮ ਪ੍ਰਕਾਸ਼ ਦੀ ਧਰਮ ਪਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਭਾਜਪਾ ਨੇ ਟਿਕਟ ਦਿੱਤੀ ਰੈਗਾਂ ਦੋ ਪਾਰਟੀਆਂ ਅਕਾਲੀ ਦਲ ਨੇ ਤੇ ਕਾਂਗਰਸ ਨੇ ਹਾਲੇ ਤੱਕ ਇਥੇ ਉਮੀਦਵਾਰ ਨਹੀਂ ਐਲਾਨੇ ਇਹਨਾਂ ਦੋਹਾਂ ਪਾਰਟੀਆਂ ਦੇ ਵਿੱਚੋਂ ਕਿਹੜੇ ਪਾਸੇ ਵਿਜੇ ਸਾਂਪਲਾ ਖੜੀ ਜਾਣਾ ਪਸੰਦ ਕਰਨਗੇ ਇਹ ਵਕਤ ਦੱਸੂਗਾ ਉਦਾਂ ਇਹ ਵੀ ਪਤਾ ਲੱਗਾ ਵੀ ਦਿੱਲੀ ਵਾਲੇ ਪਾਸੇ ਫੋਨ ਦੀ ਟੱਲੀ ਖੜਕੀ ਆ ਤੇ ਸਾਂਪਲਾ ਸਾਹਿਬ ਕਹਿੰਦੇ ਦਿੱਲੀ ਚਲੇ ਗਏ ਆ ਉਹਨਾਂ ਦੇ ਨਾਲ ਉੱਥੇ ਗੱਲਬਾਤ ਪਾਰਟੀ ਹਾਈ ਕਮਾਂਡ ਨੇ ਕਰਨੀ ਹੈ ਬੀਜੇਪੀ ਨੇ ਉਹਨਾਂ ਦੇ ਨਾਲ ਪਤਾ ਨਹੀਂ ਕਿਹੜੀ ਗੱਲਬਾਤ ਹੋਊਗੀ ਹੋ ਸਕਦਾ ਮੰਨ ਵੀ ਜਾਣ ਵੀ ਉਹ ਕਿਤੇ ਵੀ ਨਾ ਜਾਣ ਇਹ ਵੀ ਸੰਭਵ ਹੈਗਾ ਵੀ ਉਹਨਾਂ ਨੂੰ ਮਨਾ ਲਿਆ ਜਾਵੇ ਸਮਝਾ ਲਿਆ ਜਾਵੇ ਰੋਕ ਲਿਆ ਜਾਵੇ ਕੋਈ ਇਹੋ ਜਿਹੀ ਗੱਲ ਨਾ ਹੋਵੇ ਜਿਹੋ ਜਿਹੀਆਂ ਖਬਰਾਂ ਆ ਰਹੀਆਂ ਸ਼ਾਇਦ ਇਹਦੇ ਉੱਤੇ ਕੋਈ ਰੋਕਥਾਮ ਵੀ ਲੱਗ ਜੇ ਪਰ ਜਿਹੜੀਆਂ ਜਾਣਕਾਰੀਆਂ ਮੁਢਲੇ ਰੂਪ ਦੇ ਵਿੱਚ ਆਈਆਂ ਉਹ ਸਾਰੀਆਂ ਦੀਆਂ ਸਾਰੀਆਂ ਵਿਜੇ ਸੰਪਲਾ ਸਾਹਿਬ ਦੇ ਵੱਲੋਂ ਪਾਰਟੀ ਬਦਲਣ ਨਾਲ ਜੁੜੀਆਂ ਹੋਈਆਂ ਪ੍ਰਤੀਤ ਹੁੰਦੀਆਂ ਪਹਿਲਾਂ ਇਸ ਰਿਪੋਰਟ ਦਾ ਵਿਰਵਾਹ ਤੇ ਫਿਰ ਕਰਾਂਗੇ ਟਿੱਪਣੀ ਐਸੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਵਿਜੇ ਸੰਪਲਾ ਜਲਦ ਹੀ ਭਾਜਪਾ ਨੂੰ ਛੱਡ ਸਕਦੇ ਨੇ ਸੰਪਲਾ ਟਿਕਟ ਨਾ ਮਿਲਣ ਕਰਕੇ ਨਾਰਾਜ਼ ਨੇ ਤੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਖਾਤਿਆਂ ਤੋਂ ਮੋਦੀ ਦਾ ਪਰਿਵਾਰ ਹਟਾ ਦਿੱਤਾ ਸੰਪਲਾ ਭਾਜਪਾ ਛੱਡ ਕੇ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਹਾਲਾਂਕਿ ਕਈ ਪਾਸਿਓਂ ਖਬਰਾਂ ਆ ਰਹੀਆਂ ਨੇ ਕਿ ਉਹ ਅਕਾਲੀ ਦਲ ਦੇ ਵਿੱਚ ਵੀ ਚਲੇ ਜਾ ਸਕਦੇ ਨੇ ਫਿਲਹਾਲ ਸੰਪਲਾ ਨੇ ਇਸ ਸਬੰਧ ਦੇ ਵਿੱਚ ਕੋਈ ਬਿਆਨ ਨਹੀਂ ਦਿੱਤਾ ਪਰ ਉਹਨਾਂ ਦੇ ਟਵੀਟ ਇਸ ਵੇਲੇ ਖਾਸੇ ਚਰਚਾ ਦੇ ਵਿੱਚ ਨੇ ਇੱਕ ਟਵੀਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਰੱਬ ਇੱਕ ਰਸਤਾ ਬੰਦ ਕਰਦਾ ਤਾਂ ਕਈ ਖੋਲਦਾ ਹੈ ਪਰਮਾਤਮਾ ਨੇ ਮੇਰੇ ਵਾਸਤੇ ਵੀ ਕੋਈ ਰਸਤਾ ਤੈਅ ਕੀਤਾ ਹੋਵੇਗਾ ਮੇਰਾ ਸਮਰਥਨ ਕਰਨ ਵਾਲੇ ਸਾਰੇ ਹੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਉਸ ਤੋਂ ਬਾਅਦ ਉਹਨਾਂ ਨੇ ਇੱਕ ਹੋਰ ਪੋਸਟ ਪਾਈ ਜਿਹਦੇ ਕਰਕੇ ਚਰਚਾ ਇਹ ਰਹੀ ਕਿ ਉਹ ਤਾਂ ਹੁਣ ਜਾਣਗੇ ਜਾਣਗੇ ਭਾਜਪਾ ਨੂੰ ਛੱਡ ਕੇ ਇੱਥੇ ਵੀ ਦਸਰਾ ਮੰਨਦਾ ਹੈ ਕਿ ਦਲਿਤ ਨੇਤਾਵਾਂ ਦੇ ਵਿੱਚੋਂ ਇੱਕ ਨੇ ਵਿਜੇ ਸਾਂਪਲਾ 2014 ਤੋਂ ਲੈ ਕੇ 2019 ਤੱਕ ਹੁਸ਼ਿਆਰਪੁਰ ਸੀਟ ਤੋਂ ਸੰਸਦ ਮੈਂਬਰ ਰਹੇ 2019 ਵਿੱਚ ਟਿਕਟ ਕੱਟ ਕੇ ਸੋਮ ਪ੍ਰਕਾਸ਼ ਨੂੰ ਦਿੱਤੀ ਗਈ ਸਾਂਪਲਾ ਨੇ 2024 ਦੇ ਵਿੱਚ ਯਾਨੀ ਕਿ ਹੁਣ ਵੀ ਦਾਵਾ ਪੇਸ਼ ਕੀਤਾ ਸੀ ਟਿਕਟ ਦੇ ਲਈ ਪਰ ਇਹਨਾਂ ਦੀ ਥਾਂ ਦੇ ਉੱਤੇ ਤੇ ਟੈਕਟਰ ਸੋਮ ਪ੍ਰਕਾਸ਼ ਦੀ ਧਰਮ ਪਤਨੀ ਨੂੰ ਅਨੀਤਾ ਨੂੰ ਮਿਲ ਗਈ ਉਹਨਾਂ ਦਾ ਗੁੱਸਾ ਭੜਕ ਗਿਆ ਤੇ 5 ਘੰਟਿਆਂ ਦੇ ਅੰਦਰ ਹੀ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਵੱਡਾ ਬਦਲਾਅ ਕਰ ਦਿੱਤਾ ਮੋਦੀ ਦਾ ਪਰਿਵਾਰ ਹਟ ਗਿਆ ਤੇ ਨਾਲ ਹੀ ਦੋ ਪੋਸਟਾਂ ਵੀ ਸ਼ੇਅਰ ਕੀਤੀਆਂ ਜਿਹਦੇ ਕਰਕੇ ਚਰਚਾ ਚੱਲ ਪਈ ਕਿ ਵਿਜੇ ਸੰਪਲਾ ਵੀ ਬੀਜੇਪੀ ਦੀ ਛਤਰੀ ਦੇ ਉੱਤੋਂ ਸਮਝ ਲੋ ਉੱਡ ਗਏ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਆਂ ਪਹਿਲੀ ਗੱਲ ਤਾਂ ਇਹ ਕਹਾਂਗੇ ਭਾਵੇਂ ਬੀਜੇਪੀ ਕਿਸੇ ਵੀ ਉਮੀਦਵਾਰ ਨੂੰ ਕਿਤੇ ਵੀ ਲਾ ਲਵੇ ਜਿੰਨੀ ਦੇਰ ਤੱਕ ਕਿਸਾਨੀ ਮਸਲਾ ਹੱਲ ਨਹੀਂ ਹੁੰਦਾ ਓਨੀ ਦੇਰ ਤੱਕ ਇਹਨਾਂ ਦਾ ਆਪਣਾ ਮਸਲਾ ਨਹੀਂ ਹੱਲ ਹੁੰਦਾ ਇਹ ਗੱਲ ਪੱਥਰ ਤੇ ਲਕੀਰ ਵਰਗੀ ਆ ਕੱਲ ਨੂੰ ਇਹ ਗੱਲ ਚੇਤੇ ਰੱਖਿਓ 4 ਤਰੀਕ ਨੂੰ ਜਦੋਂ 4 ਜੂਨ ਨੂੰ ਤੀਜੇ ਆਏ ਉਦੋਂ ਅੱਜ ਵਾਲਾ ਪ੍ਰੋਗਰਾਮ ਕੱਟ ਕੇ ਦੇਖ ਲਿਓ ਭਾਜਪਾ ਨੇ ਤੇ ਅਕਾਲੀ ਦਲ ਨੇ ਇਹ ਗੱਲ ਕਹਿਣੀ ਆ ਕਿ ਸਾਡੇ ਵੋਟ ਫੀਸ ਦੀ ਦੇ ਵਿੱਚ ਵਾਅਦਾ ਹੋਇਆ ਇਹ ਭਾਜਪਾ ਦੇ ਆਗੂਆਂ ਨੇ ਗੱਲ ਜ਼ਰੂਰ ਕਹਿਣੀ ਆ ਵੀ ਸੀਟ ਭਾਵੇਂ ਸਾਨੂੰ 2 ਮਿਲੀਆਂ ਭਾਵੇਂ 3 ਮਿਲੀਆਂ ਭਾਵੇਂ 1 ਮਿਲੀਆਂ ਭਾਵੇਂ ਕੁਝ ਵੀ ਹੋਇਆ ਪਰ ਸਾਡੇ ਵੋਟ ਪਰਸੈਂਟੇਜ ਦੇ ਵਿੱਚ ਵਾਅਦਾ ਹੋਇਆ ਆਪਾਂ ਵੋਟ ਪਰਸੈਂਟੇਜ ਵੇਖ ਕੇ ਕੀ ਕਰਨਾ ਆਪਾਂ ਤਾਂ ਭਾਵੇਂ ਇੱਕ ਵੋਟ ਦੇ ਉੱਤੇ ਸੀਟ ਜਿੱਤੀ ਹੋਵੇ ਉਹਦੀ ਗਿਣਤੀ ਕਰਾਂਗੇ ਕੱਲੀ ਵੋਟ ਪਰਸੈਂਟ ਨੂੰ ਗਿਣ-ਗਣ ਕੇ ਆਪਾਂ ਹੱਸੀ ਜਾਗੇ ਖੁਸ਼ ਹੋ ਜਾਗੇ ਇਹਦੀ ਕੋਈ ਤਕ ਨਹੀਂ ਬਣਦੀ ਜੇ ਅਕਾਲੀ ਦਲ ਦਾ ਤੇ ਭਾਜਪਾ ਦਾ ਸਮਝੌਤਾ ਹੋਇਆ ਹੁੰਦਾ ਅੱਜ ਨੂੰ ਪੰਜਾਬ ਦੇ ਵਿੱਚ ਹਾਲਾਤ ਹੋਰ ਹੋਣੇ ਸੀ ਉਸ ਸਮਝੌਤੇ ਦੇ ਲਈ ਜ਼ਰੂਰੀ ਇਹ ਸੀ ਕਿ ਬੰਦੀ ਸਿੰਘਾਂ ਦੀ ਗੱਲ ਤੇ ਕਿਸਾਨੀ ਮਸਲਿਆਂ ਦੀ ਗੱਲ ਦੇ ਉੱਤੇ ਸਹਿਮਤੀ ਪ੍ਰਗਟਾਈ ਜਾਂਦੀ ਇਹ ਦੋ ਹੀ ਮੁੱਦੇ ਅਕਾਲੀ ਦਲ ਦਾ ਬੇਸ ਬਣਾਉਣ ਦੇ ਵਿੱਚ ਕਾਮਯਾਬ ਹੋ ਸਕਦੇ ਸਨ ਤੇ ਹਨ ਕਿਉਂਕਿ ਅਕਾਲੀ ਦਲ ਇਸ ਗੱਲ ਦੇ ਉੱਤੇ ਅੜਿਆ ਰਿਹਾ ਤੇ ਭਾਵੇਂ ਕੋਈ ਅੰਦਰੂਨੀ ਸਮਝੌਤਾ ਹੋਇਆ ਹੋਵੇ ਨਾ ਹੋਇਆ ਹੋਵੇ ਅਸੀਂ ਇਸ ਪ੍ਰਸੰਗ ਦੇ ਵਿੱਚ ਨਹੀਂ ਜਾਂਦੇ ਪਰ ਅਕਾਲੀ ਦਲ ਦਾ ਤੇ ਭਾਜੀਪੀ ਦਾ ਅੱਡ-ਅੱਡ ਚੋਣ ਲੜਨਾ ਦੋਵਾਂ ਪਾਰਟੀਆਂ ਦੇ ਲਈ ਹੀ ਨੁਕਸਾਨਦਾਇਕਾ ਫੈਲੇ ਵਾਲੀ ਗੱਲ ਇੱਕ ਪੈਸੇ ਦੀ ਨਹੀਂ ਪ੍ਰਤੀਤ ਹੁੰਦੀ ਜਿਹਨੂੰ ਇਹ ਲੱਗਦਾ ਵੀ ਭਾਈ ਫਾਇਦਾ ਬਹੁਤ ਹੋਣਾ ਉਹ ਨਤੀਜਿਆਂ ਦੇ ਮੌਕੇ ਦੇਖ ਲੂਗਾ ਨਾਲੇ ਪਤਾ ਲੱਗ ਜਾਊਗਾ ਵੀ ਭਾਈ ਅੰਦਾਜ਼ੇ ਕੀ ਨੇ ਸਹੀ ਹੈ ਤੇ ਕੀ ਨੇ ਗਲਤ ਹੈਗੇ ਆ ਸੋ ਅੱਜ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਭਾਵੇਂ ਮਾਲਵੇ ਦੀ ਗੱਲ ਕਰਗੇ ਭਾਵੇਂ ਦੁਆਬੇ ਦੀ ਤੇ ਭਾਵੇਂ ਮਾਝੇ ਦੀ ਜਿੱਥੇ-ਜਿੱਥੇ ਭਾਜੀਪੀ ਨੇ ਆਪਣੇ ਉਮੀਦਵਾਰ ਐਲਾਨੇ ਆ ਵੱਡੀ ਗਿਣਤੀ ਦੇ ਲੋਕ ਇਹ ਗੱਲ ਕਹਿੰਦੇ ਆ ਵੀ ਤੁਸੀਂ ਸਾਨੂੰ ਦਿੱਲੀ ਚ ਨਹੀਂ ਵੜਨ ਦਿੱਤਾ ਸੀ ਤੁਹਾਨੂੰ ਪਿੰਡ ਚ ਨਹੀਂ ਵੜਨ ਦਿੰਦੇ ਆ ਅਕਾਲੀ ਦਲ ਜਿਹੜਾ ਉਹ ਵੀ ਇਸ ਵੇਲੇ ਜੂਝ ਰਿਹਾ ਆ ਅਕਾਲੀ ਦਲ ਵੀ ਲੰਮੇ ਸਮੇਂ ਬਾਅਦ ਇਕੱਲੇ ਤੌਰ ਤੇ ਚੋਣ ਲੜ ਰਿਹਾ ਵੱਡੇ ਬਾਦਲ ਸਾਹਿਬ ਦੀ ਤੁਰ ਜਾਣ ਤੋਂ ਬਾਅਦ ਪਹਿਲੀ ਵਾਰ ਲੋਕ ਸਭਾ ਦੀ ਚੋਣ ਲੜ ਰਿਹਾ ਇਸ ਵੇਲੇ ਜਦੋਂ ਅਕਾਲੀ ਦਲ ਦੇ ਬਹੁਤੇ ਨੇਤਾ ਪਾਰਟੀ ਛੱਡ ਗਏ ਜਾਂ ਛੱਡਣ ਦੀ ਤਿਆਰੀ ਦੇ ਵਿੱਚ ਨੇ ਉਸ ਵੇਲੇ ਚੋਣ ਲੜ ਰਿਹਾ ਜਦੋਂ ਦਲਤ ਨੇਤਾਵਾਂ ਦੀ ਉਹਨਾਂ ਦੇ ਕੋਲੇ ਘਾਟ ਬਹੁਤ ਵੱਡੇ ਪੱਧਰ ਤੇ ਇੱਕ ਪਾਸੇ ਬਸਪਾ ਨਾਲੋਂ ਨਾਤਾ ਤੋੜਿਆ ਹੋਇਆ ਜਾ ਟੁੱਟਿਆ ਹੋਇਆ ਦੂਜੇ ਪਾਸੇ ਪਵਨ ਕੁਮਾਰ ਟੀਨੂ ਵਰਗੇ ਨੇਤਾ ਆਮ ਆਦਮੀ ਪਾਰਟੀ ਤੇ ਸ਼ਾਮਲ ਹੋ ਕੇ ਤੇ ਜਲੰਧਰ ਤੋਂ ਉਮੀਦਵਾਰ ਬਣ ਗਏ ਆਕਾਲੀ ਦਲ ਨੇ ਗੁਆਈ ਬਹੁਤ ਕੁਝ ਆ ਹਾਸਲ ਬਹੁਤ ਘੱਟ ਕੁਝ ਕੀਤਾ ਕੱਲ ਨੂੰ ਦਿਨ ਬਦਲ ਜਾਣ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਪਰ ਜਿਹੇ ਵਿਜੇ ਸਾਪਲਾ ਸਾਹਿਬ ਨੇ ਮੇਰਾ ਖਿਆਲ ਆ ਵੀ ਉਹਨਾਂ ਨੂੰ ਇਸ ਗੱਲ ਦੇ ਉੱਤੇ ਬਹੁਤਾ ਦੁਖੀ ਨਹੀਂ ਹੋਣਾ ਚਾਹੀਦਾ ਕਿਉਂਕਿ ਪੰਜਾਬ ਦੇ ਵਿੱਚ ਆਪਾਂ ਮੰਨੀਏ ਨਾ ਮੰਨਨੀਏ ਇਸ ਵੇਲੇ ਪਾਰਟੀ ਦੀ ਸਥਿਤੀ ਕਿੰਨੀ ਕਿੱਥੇ ਜ ਖੜੀ ਆ ਇਹਦੇ ਬਾਰੇ ਜਾਣਦੇ ਆ ਸੋ ਸਾਪਲਾ ਸਾਹਿਬ ਭਾਜਪਾ ਦੇ ਵੱਲੋਂ ਸੰਸਦ ਮੈਂਬਰ ਰਹੇ ਬੀਜਪੀ ਦੇ ਵੱਲੋਂ ਹੀ ਮੰਤਰੀ ਰਹੇ ਬੀਜਪੀ ਦੇ ਪੰਜਾਬ ਦੇ ਪ੍ਰਧਾਨ ਰਹੇ ਖਾਦੀ ਬੋਰਡ ਦੇ ਚੇਅਰਮੈਨ ਰਹੇ ਅਰ ਸੂਚੇ ਜਾਤੀ ਕਮਿਸ਼ਨ ਦੇ ਚੇਅਰਮੈਨ ਰਹੇ ਸੋ ਬਹੁਤ ਸਾਰਾ ਸਿਆਸੀ ਰੁਤਬਾ ਜਿਹੜਾ ਉਹ ਬੀਜਪੀ ਦੇ ਕਰਕੇ ਬਣਿਆ ਆਉਂਦੇ ਸਮੇਂ ਦੇ ਵਿੱਚ ਉਹ ਕਾਂਗਰਸ ਦੇ ਵਿੱਚ ਜਾਣ ਜੇਕਰ ਤਾਂ ਕਾਂਗਰਸ ਦੀ ਹਾਲਤ ਵੀ ਪਤਲੀ ਆ ਅਕਾਲੀ ਦਲ ਦੇ ਵਿੱਚ ਜਾਣ ਤਾਂ ਉੱਥੇ ਵੀ ਹਾਲਤ ਪਤਲੀ ਆ ਸੋ ਇਹਨੇ ਵੀ ਪਾਈ ਆਉਂਦੇ ਸਮੇਂ ਦੇ ਵਿੱਚ ਉਹ ਕਿਹੜਾ ਫੈਸਲਾ ਕਰਦੇ ਆ ਲੰਗੇ ਕੱਲ ਕੁਝ ਕਿਹੋ ਜਿਹੀਆਂ ਖਬਰਾਂ ਸਾਹਮਣੇ ਆਈਆਂ ਜਿਹਦੇ ਕਰਕੇ ਕਈ ਲੋਕ ਹੱਸੇ ਵੀ ਤੇ ਕਈ ਲੋਕ ਹੈਰਾਨ ਵੀ ਹੋਏ ਆ ਡਾਕਟਰ ਧਰਮਵੀਰ ਗਾਂਧੀ ਸਾਹਿਬ ਜਿਹੜੇ ਕਿ ਹੁਣ ਕਾਂਗਰਸ ਦੇ ਉਮੀਦਵਾਰ ਨੇ ਪਟਿਆਲਾ ਖੇਤਰ ਤੋਂ ਪ੍ਰਚਾਰ ਧੂਆਂ ਧਾਰ ਕਰ ਰਹੇ ਆ ਕਰਨਾ ਵੀ ਚਾਹੀਦਾ ਬੰਦੇ ਵੀ ਚੰਗੇ ਆ ਪਰ ਉਹ ਪਿਛਲੇ ਲੰਬੇ ਸਮੇਂ ਤੋਂ ਅਫੀਮ ਦੀ ਖੇਤੀ ਦੇ ਹੱਕ ਦੇ ਵਿੱਚ ਬੋਲਦੇ ਆ ਕੱਲ ਵੀ ਉਹ ਇੱਕ ਥਾਂ ਦੇ ਉੱਤੇ ਪ੍ਰਚਾਰ ਕਰਨ ਦੇ ਲਈ ਗਏ ਸੀ ਉਹਨਾਂ ਨੇ ਕਿਹਾ ਜੀ ਕਿ ਇਸ ਵੇਲੇ ਪੰਜਾਬ ਦੀ ਸਰਕਾਰ ਸਿੰਥੈਟਿਕ ਨਸ਼ਾ ਤੋਂ ਜਵਾਨੀ ਨੂੰ ਬਚਾ ਨਹੀਂ ਰਹੀ ਨੌਜਵਾਨਾਂ ਦਾ ਬੁਰਾ ਹਾਲ ਆ ਪਰ ਜਿਹੜੇ ਨੌਜਵਾਨ ਸਿੰਥੈਟਿਕ ਨਸ਼ਾ ਦੇ ਪੱਟੇ ਪਏ ਆ ਸਰਕਾਰਾਂ ਨੂੰ ਚਾਹੀਦਾ ਜੀ ਕਿ ਇਹਨਾਂ ਦੇ ਪ੍ਰਤੀ ਰਿਆਇਤ ਵਰਤੀ ਜਾਵੇ ਇਹਨਾਂ ਦੇ ਘਰਾਂ ਦੇ ਵਿੱਚ ਕੱਲੇ-ਕੱਲੇ ਘਰ ਦੇ ਵਿੱਚ ਅਫੀਮ ਦੇ ਕੁਝ ਕਬੂਟੇ ਲਾਉਣ ਦੀ ਆਗਿਆ ਹੋਣੀ ਚਾਹੀਦੀ ਭਾਵੇਂ ਉਹ ਭੁਰਜੀ ਬਣਾ ਕੇ ਖਾਣ ਤੇ ਭਾਵੇਂ ਇਹ ਪੋਸਤ ਬਣਾ ਕੇ ਪੀਣ ਤੇ ਪੋਸਤ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਜੇਕਰ ਕੋਈ ਆਊਗਾ ਵੀ ਇਸ ਤਰੀਕੇ ਦੇ ਨਾਲ ਕੋਈ ਨਸ਼ਾ ਉਹ ਮਾਰੂ ਨਹੀਂ ਹੋਊਗਾ ਕਈ ਲੋਕ ਇਸ ਵੇਲੇ ਫੀਮ ਦੀ ਖੇਤੀ ਦੀ ਮੰਗ ਕਰਦੇ ਆ ਉਹਨਾਂ ਦੇ ਵਿੱਚੋਂ ਇੱਕ ਡਾਕਟਰ ਧਰਮਵੀਰ ਗਾਂਧੀ ਸਾਹਿਬ ਵੀ ਆ ਉਹਨਾਂ ਨੂੰ ਟੱਕਰ ਕਿਹੋ ਜੀ ਮਿਲਦੀ ਜਾਂ ਉਹ ਟੱਕਰ ਕਿਹਨੂੰ ਕਿਵੇਂ ਦਿੰਦੇ ਆ ਇਹ ਸਮਾਂ ਦੱਸੂਗਾ ਐਨ ਕੇ ਸ਼ਰਮਾ ਪਟਿਆਲੇ ਤੋਂ ਅਕਾਲੀ ਦਲ ਦੇ ਉਮੀਦਵਾਰ ਨੇ ਤੇ ਆਪਾਂ ਜਾਣਦੇ ਕਿ ਭਾਜਪਾ ਦੇ ਵੱਲੋਂ ਉਮੀਦਵਾਰ ਨੇ ਜਿਹੜੇ ਉਹ ਪ੍ਰਨੀਤ ਕੌਰ ਨੇ ਡਾਕਟਰ ਧਰਮਵੀਰ ਗਾਂਧੀ ਨੇ ਜਿਹੜੇ ਉਹ ਇਸ ਵੇਲੇ ਕਾਂਗਰਸ ਦੇ ਉਮੀਦਵਾਰ ਨੇ ਜਿਹੜਾ ਡਾਕਟਰ ਬਲਵੀਰ ਸਿੰਘ ਜਿਹੜੇ ਪੰਜਾਬ ਦੇ ਸਿਹਤ ਮੰਤਰੀ ਨੇ ਉਹ ਇਸ ਵੇਲੇ ਆਮ ਆਦਮੀ ਪਾਰਟੀ ਦੇ ਪਟਿਆਲੇ ਉਮੀਦਵਾਰ ਨੇ ਵੇਨੇ ਅਭੀ ਭਾਈ ਉੱਥੇ ਮੁਕਾਬਲਾ ਕਿਹੋ ਜਿਹਾ ਹੁੰਦਾ ਤੇ ਕਿਹੋ ਜਿਹਾ ਮਾਹੌਲ ਬਣਦਾ ਪਰ ਇੱਕ ਜਾਣਕਾਰੀ ਹੋਰ ਦੇ ਦਗੇ ਵੀ ਲੰਘੇ ਕੱਲ ਕਿਸਾਨ ਰੇਲਵੇ ਟਰੈਕ ਦੇ ਉੱਤੇ ਬੈਠ ਕੇ ਇਸ ਕਰਕੇ ਕਿ ਨਵਦੀਪ ਜਲਵੇੜਾ ਜਿਹਨੇ ਕਿ ਵਾਟਰ ਕੈਨ ਦਾ ਮੂੰਹ ਜਿਹੜੇ ਕਿ ਪਾਣੀ ਵੜੀ ਧਾਰ ਦਾ ਮੂੰਹ ਪਰਲੇ ਪਾਸੇ ਨੂੰ ਮੋੜ ਦਿੱਤਾ ਸੀ ਪਿਛਲੇ ਕਿਸਾਨ ਅੰਦੋਲਨ ਦੇ ਵਿੱਚ ਉਹਦੇ ਸਮੇਤ ਕੁਝ ਕੁ ਕਿਸਾਨਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਹੋਇਆ ਕਿਸਾਨਾਂ ਨੇ ਕਿਸਾਨ ਜਥੇਬੰਦੀਆਂ ਨੇ ਐਲਾਨ ਕਰਤਾ ਜੇਕਰ 16 ਅਪ੍ਰੈਲ ਤੱਕ ਤੁਸੀਂ ਛੱਡਦੇ ਇਹ ਸਾਰੇ ਕਿਸਾਨ ਫਿਰ ਠੀਕਾ ਨਹੀਂ ਤਾਂ ਅਸੀਂ ਵੱਡਾ ਸੰਘਰਸ਼ ਕਰਾਂਗੇ ਪੁਲਿਸ ਨੇ ਸਰਕਾਰ ਨੇ ਅਮਲ ਕੋਈ ਨਹੀਂ ਕੀਤਾ ਤੇ ਲੰਘੇ ਕੱਲ ਸ਼ੰਭੂ ਤੇ ਖਨੌਰੀ ਬਾਰਡਰ ਦੇ ਵੱਲ ਰੇਲਵੇ ਟਰੈਕ ਦੇ ਉੱਤੇ ਕਿਸਾਨ ਵੱਡੀ ਗਿਣਤੀ ਚ ਬਹਿ ਗਏ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਝੜਪ ਵੀ ਹੋਈ ਹੈ ਪਰ ਰੇਲਵੇ ਟਰੈਕ ਦੇ ਉੱਤੇ ਕਿਸਾਨ ਅਣਮਿੱਥੇ ਸਮੇਂ ਵਾਸਤੇ ਬਹਿ ਗ ਉਹ ਕਹਿੰਦੇ ਵੀ ਜਾਂ ਤੱਕ ਕਿਸਾਨ ਰਿਹਾ ਹੋਣਗੇ ਤੇ ਜਾਂ ਫਿਰ ਰੇਲਾਂ ਬੰਦ ਹੋਣਗੀਆਂ ਇਧਰ ਵੀ ਸ਼ਿਲੰਗਣ ਨਹੀਂ ਰਹਿਣੀਆਂ। ਵੀਨੇ ਪਾਈ ਕੀ ਬਣਦਾ ਪਰ ਕਿਸਾਨ ਬਾਰਡਰਾਂ ਦੇ ਉੱਤੇ ਬੈਠੇ ਹੋਏ ਆ। ਬੜੇ ਲੋਕ ਇਹ ਗੱਲ ਕਹਿੰਦੇ ਆ ਇਤਕੀ ਕਿਸਾਨ ਅੰਦੋਲਨ ਫੇਲ ਹੋ ਗਿਆ। ਮੈਂ ਇੱਕੋ ਗੱਲ ਕਹਿੰਦਾ ਤੁਸੀਂ ਜਾ ਕੇ ਪਾਸ ਕਰਦੇ ਹੋ। ਕਹਿੰਦੇ ਗਿਣਤੀ ਘਟ ਹੋ ਗਈ। ਮੈਂ ਕਹਿੰਦਾ ਹੁਣ ਤੁਸੀਂ ਜਾ ਕੇ ਗਿਣਤੀ ਵਧਾ ਦਿਓ। ਕੱਲੀ رائے ਨਹੀਂ ਦੇਣੀ। رائے ਦਾ ਕੋਈ ਮੁੱਲ ਨਹੀਂ। رائے ਬਿਲਕੁਲ ਨਾ ਦਿਓ। ਜੇ ਤਾਂ ਕੁਝ ਕਰ ਸਕਦੇ ਹੋ ਤਾਂ ਬੈਠੋ। ਇਹ ਜਾਣਦੇ ਆ ਕਿ ਕਿਸਾਨ ਜਿੱਥੇ ਬੰਦਗਾਚ ਬਹੁਤ ਵੱਡੇ ਮਤ ਭੇਦਾ। ਕਿਸਾਨ ਜਿੱਥੇ ਬੰਦਗਾਂ ਵੰਡੀਆਂ ਹੋਈਆਂ ਕਿਸਾਨਾਂ ਦੇ ਵਿੱਚ ਕਿਸਾਨ ਜਿੱਥੇ ਬੰਦਗਾਂ ਚ ਇੱਕੇ ਨਾਂ ਦੀ ਕੋਈ ਚੀਜ਼ ਨਹੀਂ ਇਹ ਫਟਪਾਈ ਕਰਕੇ ਹੀ ਇਹ 37 38 ਕਿਸਾਨ ਜਿੱਥੇ ਬੰਦਗਾਂ ਹੋ ਗਈਆਂ ਪਰ ਭਾਈ ਇਸ ਦੇ ਬਾਵਜੂਦ ਕਿਸਾਨ ਤੇ ਮਜ਼ਦੂਰ ਚੜ੍ਹਦੀ ਕਲਾ ਦੇ ਵਿੱਚ ਰਵੇ ਆਪਾਂ ਨੂੰ ਇਸ ਗੱਲ ਦੀ ਅਰਦਾਸ ਕਰਨੀ ਚਾਹੀਦੀ ਆ ਜਿਹੜੇ ਉੱਥੇ ਬੈਠੇ ਆ ਉਹ ਥੋੜੀ ਸਾਰੇ ਸਿਆਸਤਦਾਨ ਆ ਜਾਂ ਉਹ ਵਿਕੇ ਹੋਏ ਆ ਜਿਹੜੇ ਬੈਠੇ ਹੋ ਤਾਂ ਵਿਚਾਰੇ ਭੋਲੇ ਭਾ ਬੈਠੇ ਆ ਉਹਨਾਂ ਨੂੰ ਇਹ ਆ ਜੀ ਸਾਡੇ ਖੇਤ ਨੂੰ ਬਚਾਉਣਾ ਫਸਲ ਨੂੰ ਬਚਾਉਣਾ ਨਸਲ ਨੂੰ ਬਚਾਉਣਾ ਜਿਹੜੇ ਰਾਜਨੀਤਿਕ ਪੌੜੀਆਂ ਚੜਦੇ ਹੋਣਗੇ ਅੰਦਰਖਾਤੇ ਚੜਦੇ ਹੋਣਗੇ ਪਰ ਆਪਾਂ ਨੂੰ ਉਹਨਾਂ ਦਾ ਹੌਸਲਾ ਪਸਤ ਨਹੀਂ ਕਰਨਾ ਚਾਹੀਦਾ ਜਿਹੜੇ ਕਿ ਟਰਾਲੀਆਂ ਚ ਸੌਂਦੇ ਆ ਜਿਹੜੇ ਉੱਥੇ ਆਪੇ ਰੋਟੀਆਂ ਪਕਾਉਂਦੇ ਆ ਉਹਨਾਂ ਦੇ ਹੌਸਲੇ ਤੇ ਸੱਟ ਨਹੀਂ ਮਾਰਨੀ ਚਾਹੀਦੀ ਜਿਹਨੂੰ ਵੀ ਇਸ ਗੱਲ ਦਾ ਭਲੇਖਾ ਵੀ ਭਾਈਓ ਵਿਦਵਾਨ ਬਹੁਤ ਵੱਡਾ ਤੇ ਉਹਨੂੰ ਪਤਾ ਵੀ ਭਾਈ ਇਹ ਕਿਸਾਨ ਅੰਦੋਲਨ ਕਿਵੇਂ ਕਾਮਯਾਬ ਹੋ ਸਕਦਾ ਸੀ ਉਹਨੂੰ ਜਾ ਕੇ ਉੱਥੇ ਬਹਿਣਾ ਚਾਹੀਦਾ ਹਫ਼ਤਾ ਖੰਡ ਉਹਨੂੰ ਲਾਉਣਾ ਚਾਹੀਦਾ ਨਾਲੇ ਸਮਝ ਦੇ ਕੇ ਹੋਣੀ ਚਾਹੀਦੀ ਆ ਕੱਲਾ ਸੋਸ਼ਲ ਮੀਡੀਆ ਦੇ ਉੱਤੇ ਨਹੀਂ ਵੇ ਭਾਈ ਇਹ ਤਾਂ ਇਹ ਵਿਕ ਗਏ ਹਨ ਇਹਨਾਂ ਨੂੰ ਆਉਂਦਾ ਹੀ ਨਹੀਂ ਲੜਨਾ ਇਹਨਾਂ ਨੂੰ ਐ ਕਰਨਾ ਚਾਹੀਦਾ ਜਾ ਕੇ ਪ੍ਰੈਕਟੀਕਲ ਤੌਰ ਤੇ ਤਜਰਬਾ ਕਰਕੇ ਆਉਣਾ ਚਾਹੀਦਾ ਸਾਡੇ ਵੱਲੋਂ ਸਾਰੇ ਹੀ ਕਿਸਾਨ ਤੇ ਮਜ਼ਦੂਰ ਜਿੰਦਾਬਾਦ ਰਹਿਣ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਰਵੇ ਇਹਦੀ ਅਸੀਂ ਕਾਮਨਾ ਕਰਦੇ ਹਾਂ ਜਾਣਕਾਰੀਆਂ ਕੁਝ ਹੋਰ ਵੀ ਸਨ ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਬਹੁਤ ਬਹੁਤ ਧੰਨਵਾਦ